ਸੰਗਰੂਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮੌਜੂਦ ਹਾਂ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵੱਲੋਂ NIA ਦੇ ਖਿਲਾਫ਼ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ। NIA ਜਾਂਚ ਏਜੰਸੀ ਜਿਹੜੀ ਹੈਗੀ ਆ ਉਹਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਕਿ ਕਿਸਾਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਨੇ ਜਾਂਚ ਏਜੰਸੀਆਂ ਛਾਪੇਮਾਰੀ ਕਰ ਰਹੀਆਂ ਨੇ, ਕਿਸਾਨਾਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾ ਰਹੀ, ਤਾਂ ਉਹਦੇ ਖਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ। ਦੇਖ ਸਕਦੇ ਉੱਧਰ ਛੋਟੇ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਜਿਹੜੇ ਬੈਨਰ ਫੜੇ ਹੋਏ ਨੇ, ਪੋਸਟਰ ਫੜੇ ਹੋਏ ਨੇ, NIR ਵੱਲੋਂ ਗ੍ਰਿਫਤਾਰ ਵਿਅਕਤੀਆਂ ਨੂੰ ਰਿਹਾ ਕੀਤਾ ਜਾਵੇ, ਤਾਂ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਗੱਲਬਾਤ ਵੀ ਕਰਦੇ ਹਾਂ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਪਹੁੰਚੋ ਬਾਈ ਜੀ, ਕੀ ਨਾਮ ਆ ਤੁਹਾਡਾ ਜੀ? ਮੈਂ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ। ਅੱਜ ਦਾ ਜੋ ਇਹ ਪ੍ਰਦਰਸ਼ਨ ਹੈ, ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ਼ ਔਰ ਪੰਜਾਬ ਸਰਕਾਰ ਦੇ ਖਿਲਾਫ਼ ਹੈ, ਕਿਉਂਕਿ ਜੋ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਬੋਲਣ ਵਾਲੇ ਲੋਕ ਨੇ, ਬੁੱਧੀਜੀਵੀ ਨੇ, ਪੱਤਰਕਾਰ ਨੇ, ਵਕੀਲ ਨੇ, ਕੇਂਦਰ ਸਰਕਾਰ ਲਗਾਤਾਰ ਉਹਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ, ਸੰਘਰਸ਼ਾਂ ਨੂੰ ਕੁਚਲਣਾ ਚਾਹੁੰਦੀ ਹੈ। ਇਹਦੇ ਲਈ ਜੋ ਕੇਂਦਰ ਸਰਕਾਰ ਦਾ ਇੱਕ ਟੂਲ ਹੈ NIA ਰਾਹੀਂ ਉਹਨਾਂ 'ਤੇ ਛਾਪੇਮਾਰੀ ਕਰਕੇ ਉਹਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵਕੀਲ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ, ਕਿਸਾਨ ਆਗੂ ਸੁਖਵਿੰਦਰ ਕੌਰ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਔਰ ਕਈ ਆਗੂਆਂ ਨੂੰ ਜਿਹੜਾ ਸੰਮਣ ਕੀਤੇ ਗਏ ਹੈ। ਤਾਂ ਇਹ ਜਿਹੜੀ ਸਾਰੀ ਕਾਰਵਾਈ ਹੈ NIA ਵੱਲੋਂ ਕੀਤੀ ਗਈ ਹੈ, ਇਹ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਦੇ ਲਈ, ਆਗੂਆਂ ਨੂੰ ਡਰਾਉਣ ਦੇ ਲਈ ਕੀਤੀ ਗਈ ਹੈ ਔਰ ਇਹਦੇ ਖਿਲਾਫ਼ ਅੱਜ ਦੇ ਪ੍ਰਦਰਸ਼ਨ ਨੇ। ਸਾਡੀ ਮੰਗ ਹੈ ਕਿ ਜਿਹੜੇ NIA ਹੈ ਉਹਦੀ ਪੰਜਾਬ 'ਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ, ਗੈਰ ਕਾਨੂੰਨੀ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਨੇ ਉਹ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਔਰ ਜਿਹੜੀ NIA ਹੈ, NIA ਦੇ ਦਫ਼ਤਰ ਜਿਹੜੇ ਪੰਜਾਬ 'ਚ ਖੋਲ੍ਹਣ ਦੀ ਗੱਲ ਹੈ, ਜ਼ਿਲ੍ਹਿਆਂ 'ਚ ਖੋਲ੍ਹਣ ਦੀ ਗੱਲ ਹੈ, ਵੀ ਇਹ ਗੈਰ ਜਮਹੂਰੀ ਤਰੀਕਾ ਹੈ। ਪੰਜਾਬ ਦੇ ਲਾਅ ਐਂਡ ਆਰਡਰ ਦਾ ਜਿਹੜਾ ਮਾਮਲਾ ਉਹ ਪੰਜਾਬ ਪੁਲਿਸ ਦੇਖੂਗੀ। ਪੰਜਾਬ ਇੱਕ ਸੂਬਾ ਹੈਗਾ ਭਾਰਤ ਦਾ ਅਤੇ ਇਹਦਾ ਆਪਦੇ ਅਧਿਕਾਰ ਨੇ, ਸੂਬਿਆਂ ਦੇ ਅਧਿਕਾਰਾਂ 'ਤੇ ਇੱਕ ਡੱਕ ਹੈ, ਵੀ ਸਾਡਾ ਲਾਅ ਐਂਡ ਆਰਡਰ ਵੀ ਹੁਣ ਕੇਂਦਰ ਦੇਖੂਗਾ। ਅਤੇ ਭਗਵੰਤ ਮਾਨ ਸਰਕਾਰ ਇਹ ਮਾਮਲੇ 'ਤੇ ਚੁੱਪ ਹੈ ਕਿ UP ਦੇ ਵਿੱਚੋਂ ਆ ਕੇ NIA ਦੇ UP ਦਫ਼ਤਰ ਦੀ ਟੀਮ ਸਾਡੇ ਇੱਥੋਂ ਪੰਜਾਬੀਆਂ ਨੂੰ ਗ੍ਰਿਫਤਾਰ ਕਰਦੀ ਹੈ, ਸੰਮਣ ਕਰਦੀ ਹੈ ਔਰ ਡਰਾਉਣ ਧਮਕਾਉਣ ਦਾ ਕੰਮ ਕਰਦੀ ਹੈ, ਹਰ ਕਿਸੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਵੱਲੋਂ ਕੀ ਐਕਸ਼ਨ ਕੀਤਾ ਜਾ ਰਿਹਾ ਅੱਜ ਦੇ ਦਿਨ? ਅੱਜ ਅਸੀਂ ਰੇਲਵੇ ਸਟੇਸ਼ਨ ਸੰਗਰੂਰ ਤੋਂ ਲੈ ਕੇ DC ਦਫ਼ਤਰ ਤੱਕ ਪ੍ਰੋਟੈਸਟ ਕੀਤਾ ਔਰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਵੀ ਭਾਰਤ ਦੇ ਸੰਵਿਧਾਨ ਦੀ ਰਾਖੀ ਕੀਤੀ ਜਾਵੇ, ਇਸ ਤਰ੍ਹਾਂ ਦੀਆਂ ਗੈਰ ਜਮਹੂਰੀ ਕਾਰਵਾਈਆਂ ਉਹ ਬੰਦ ਕੀਤੀਆਂ ਜਾਣ ਔਰ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਚੇਤਾਵਨੀ ਹੈ, ਜੇ ਇਸੇ ਤਰ੍ਹਾਂ ਕੇਂਦਰ ਦਾ ਟੂਲ ਬਣਨਾ ਉਹਨਾਂ ਨੇ, ਤਾਂ ਇਹ ਜਿਹੜਾ ਪੰਜਾਬ ਦੇ ਹੱਕ 'ਚ ਫੋਕੇ ਨਾਰੇ ਮਾਰਨਾ ਬੰਦ ਕਰੇ ਔਰ RSS ਅਤੇ BJP ਦੀ 20 ਟੀਮ ਬਣ ਕੇ ਭਗਵੰਤ ਮਾਨ ਚੱਲ ਰਿਹਾ ਔਰ ਇਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਧੱਕੇਸ਼ਾਹੀ ਦੇ ਖਿਲਾਫ਼, ਅਣਐਲਾਨੀ ਐਮਰਜੈਂਸੀ ਦੇ ਖਿਲਾਫ਼ ਅਸੀਂ ਸੰਘਰਸ਼ ਕਰਾਂਗੇ। ਅੱਜ ਸਾਡਾ ਸੰਕੇਤਕ ਸੰਘਰਸ਼ ਸੀਗਾ, ਆਉਣ ਵਾਲੇ ਸਮੇਂ 'ਚ ਵੱਡੇ ਪੱਧਰ 'ਤੇ ਸੰਘਰਸ਼ ਹੋਊਗਾ ਜੇ ਇਸੇ ਤਰ੍ਹਾਂ ਇਹ ਧੱਕੇਸ਼ਾਹੀ ਜਾਰੀ ਰਹੀ। ਇੱਧਰ ਬਾਪੂ ਜੀ ਬੈਠੇ ਨੇ, ਬਾਪੂ ਜੀ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਪ੍ਰਦਰਸ਼ਨ ਆ, ਕੀ ਕਾਰਨ ਲੱਗਦੇ ਨੇ, ਕੀ ਤੁਹਾਨੂੰ ਸੜਕਾਂ 'ਤੇ ਪਰਾਉਣਾ ਪਿਆ? ਇਹ ਜਿਹੜੀ ਸਾਡੀ ਸੈਂਟਰ ਦੀ ਸਰਕਾਰ, ਇਹਨੂੰ ਪੰਜਾਬੀਆਂ, ਪੰਜਾਬੀ ਜਦੋਂ ਵੀ ਕੋਈ ਦੇਸ਼ 'ਤੇ ਜਾਂ ਕਿਸੇ ਸਟੇਟ 'ਤੇ ਕੋਈ ਭੀੜ ਬਣਦੀ ਹੈ, ਪੰਜਾਬੀ ਲੋਕ ਤਾਣ ਬਣ ਕੇ ਖੜ੍ਹਦੇ ਨੇ, ਜ਼ੁਲਮ ਦੇ ਜਬਰ ਦੇ ਖਿਲਾਫ਼ ਲੜਦੇ ਨੇ। ਇਸ ਕਰਕੇ ਜਿਹੜੇ ਪਿਛਲੇ ਸਾਲਾਂ ਦੌਰਾਨ ਦਿੱਲੀ ਦੇ ਵਿੱਚ ਅਸੀਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਆਏ ਹਾਂ, ਮੋਦੀ ਸਰਕਾਰ ਉਹਨਾਂ ਦਾ ਬਦਲਾ ਲੈ ਕੇ ਸਾਡੇ 'ਤੇ ਅਣਐਲਾਨੀ ਐਮਰਜੈਂਸੀ ਲਾ ਕੇ, NIA ਜਿਹੜੀ ਟੀਮ ਹੈ
ਉਹਦੇ ਛਾਪੇ ਮਰਵਾ ਕੇ ਪੰਜਾਬੀਆਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਪਰ ਪੰਜਾਬੀ ਨਾ ਕਦੇ ਝੁਕੇ ਨੇ ਅਤੇ ਨਾ ਝੁਕਣਗੇ। ਅੱਜ ਅਸੀਂ ਉਹਦੇ ਖਿਲਾਫ਼ ਆਵਾਜ਼ ਬਣ ਕੇ ਆਏ ਹਾਂ, ਰਾਸ਼ਟਰਪਤੀ ਦੇ ਨਾਂ ਡੀਸੀ ਰਾਹੀਂ ਮੰਗ ਪੱਤਰ ਦੇਣ ਆਏ ਹਾਂ। ਇਹ ਜਿਹੜੇ ਛਾਪੇ ਨੇ ਇਹਨਾਂ ਨੂੰ ਬੰਦ ਕੀਤੇ ਜਾਣ। ਇਹ ਸਾਨੂੰ ਡੈਮੋਕਰੇਟਿਕ ਜਿਹੜਾ ਸਾਡਾ ਅਧਿਕਾਰ ਹੈ, ਸਾਨੂੰ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਸਾਨੂੰ ਜੋ ਵੀ ਕੋਈ ਕਿਤੇ ਵੀ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਉਹਦੇ 'ਤੇ ਸਾਨੂੰ ਸੰਵਿਧਾਨ ਮੁਤਾਬਕ ਸਾਡਾ ਹੱਕ ਹੈ। ਉਹਦੇ 'ਤੇ ਉਹ ਗਰੇਜ਼ ਕਰੇ, ਜੇ ਉਹ ਸਾਡੇ 'ਤੇ ਬਦਲਾ ਪਾਊ ਭਾਵ ਨਾਲ ਕੋਈ ਐਕਸ਼ਨ ਕਰਦੀ ਹੈ, ਅਸੀਂ ਉਹਦਾ ਮੂੰਹ ਤੋੜ ਜਵਾਬ ਦੇਣ ਨੂੰ ਤਿਆਰ ਹਾਂ। ਬਿਲਕੁਲ, NIA ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਕਿਸਾਨ ਆਗੂਆਂ ਦੇ ਘਰੇ ਛਾਪੇਮਾਰੀ ਕੀਤੀ ਗਈ ਹੈ, ਜਿਹਦੇ ਖਿਲਾਫ਼ ਹੁਣ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਵਿਦਿਆਰਥੀ ਯੂਨੀਅਨ ਜਿਹੜੀ ਹੈਗੀ ਹੈ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਨੇ। ਰੇਲਵੇ ਚੌਂਕ ਤੋਂ ਲੈ ਕੇ DC ਆਫਿਸ ਤੱਕ ਪਹਿਲਾਂ ਪੈਦਲ ਮਾਰਚ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਹੁਣ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ। ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਜਾ ਰਿਹਾ ਅਤੇ ਇਹੀ ਮੰਗ ਰੱਖੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ, ਇਲਜ਼ਾਮ ਲਾਉਂਦੇ ਹੋਏ ਕਿ NIA ਦੀ ਜਿਹੜੀ ਏਜੰਸੀਆਂ ਨੇ ਉਹਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਸ ਤਰੀਕੇ ਦੀ ਛਾਪੇਮਾਰੀ ਉਹ ਬੰਦ ਹੋਣੀ ਚਾਹੀਦੀ ਆ। ਚਰਨਜੀਵ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।